ਤਾਇਆ ਜੀ ਮੈਂ ਨਾ ਗਗਨ ਦੇ ਵਿਆਹ ਬਾਰੇ ਸੋਚ ਰਿਹਾ ਸੀ ਬੇਟਾ ਜੀ ਨੇ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਲੈਣਾ ਜਦੋਂ ਉਹਨੇ ਨਹੀਂ ਕੋਈ ਸੋਚਿਆ ਫਿਰ ਤੂੰ ਕੀ ਸੋਚਣਾ ਉਹ ਨਹੀਂ ਨਹੀਂ ਤਾਇਆ ਜੀ ਮੈਂ ਤੇ ਵਿਆਹ ਤੇ ਸਾਰੇ ਅਰੇਂਜਮੈਂਟ ਵੀ ਕਰੀ ਬੈਠਾ ਤੁਸੀਂ ਕੱਲਾ ਵੈਨਿਊ ਫਾਈਨਲ ਕਰੋ ਪਹਿਲਾਂ ਮੁੰਡਾ ਤਾਂ ਫਾਈਨਲ ਹੋ ਜਵੇ ਮੈਨੂੰ ਨਹੀਂ ਲੱਗਦਾ ਘਰ ਚੋਂ ਕਿਸੇ ਨੂੰ ਪਸੰਦ ਆਊਗਾ ਨਾ ਕੀ ਕਹਿਣਾ ਵੇ ਮਾਤਾ ਗਗਨ ਨੇ ਕੁਝ ਸੋਚ ਕੇ ਹੀ ਫੈਸਲਾ ਲਿਆ ਹੋ ਓਏ ਡਿਸਕਵਰੀ ਚੈਨਲ 24 ਘੰਟੇ ਫਿਲਮਾਂ ਬਣਾਉਂਦਾ ਰਹਿਣਾ ਇਹ ਘਰਾਂ ਕੋਈ ਜੜੀਆਂ ਕਰਨੀ ਡਾਡੀ ਕਿੱਥੇ더라 ਲੈ ਬ੍ਰਦਰ ਮੈਂ ਕਰੇ ਆ ਕੇ ਬੀਮਾ ਕਰਕੇ ਜਾਵਾਂਗਾ ਤੁਸੀਂ ਹਰ ਵੜਾ ਬੀਮਾ ਕਰਾਉਣ ਚ ਲੱਗੇ ਰਹਿੰਦੇ ਹੋ ਨਾ ਤੁਹਾਡੇ ਕੋਲੋਂ ਕਰਾਉਂਦਾ ਕਾ ਬੀਮਾ ਚਲੋ ਛੱਡੋ ਹੁਣ ਫੋਨ ਨੂੰ ਗਗਨ ਆਉਂਦੀ ਹੋਊਗੀ ਮੁੰਡੇ ਨਾਲ ਬੇਇੱਜ਼ਤੀ ਸਿਰਫ ਬੈਡਰੂਮ ਚ ਉਹ ਮਾਰਪ੍ਰੀਤ ਉਹ ਕਿੱਥੇ ਮਰ ਗਈ ਹਾਂਜੀ ਉਹ ਮੇਰਾ ਕਾਲਾ ਕੋਟ ਕਿੱਥੇ ਹੈ ਅੱਜ ਤਾਂ ਰਹਿਣ ਦਿਓ ਆਪਣੇ ਵਕੀਲਾਂ ਵਾਲੀ ਯੂਨੀਫਾਰਮ ਪਾਉਣ ਨੂੰ ਕੋਈ ਢੰਗ ਦੇ ਕੱਪੜੇ ਪਾ ਲੋ ਅਸੀਂ ਮੁੰਡੇ ਨੂੰ ਮਿਲਣਾ ਕਿਸੇ ਮੁਜਰਮ ਨੂੰ ਨਹੀਂ 올더 베스트 오ਏ ਕੁਕ ਤੇਰੇ ਡੈਡੀ ਦਾ ਪੂਰਾ ਮਹੱਲਾ ਇਕੱਠਾ ਕਰ ਰੱਖਿਆ ਮੈਨੂੰ ਕੁੱਟਣ ਲਈ ਪਲੀਜ਼ ਇੱਕਾਰੀ ਮੈਨੂੰ ਇੱਥੋਂ ਘਰ ਦੇ ਮੁੜ ਕੇ ਨਹੀਂ ਆਉਣਾ ਸਾਡੀ ਜੁਆਇੰਟ ਫੈਮਿਲੀ ਹੈ ਫੇਰ ਤਾਂ ਮੇਰੇ ਘੇਟ ਵੱਜ ਗਏ ਕਾਕੇ ਨਾ ਬੇਟਾ ਕੀ ਗੱਲ ਮੁੰਡਾ ਡਰਿਆ ਜਾ ਲੱਗਦਾ ਨਾ ਡੈਡੀ ਡਰਦਾ ਨਹੀਂ ਥੋੜਾ ਸੰਗਦਾ ਹੈ ਕਾਕਾ ਜੀ ਸਾਡੇ ਸੰਗਣ ਸੰਗਾਉਣ ਤੇ ਮੰਗਣ ਮੰਗਾਉਣ ਦਾ ਕੋਈ ਰਿਵਾਜ ਨਹੀਂ ਆਜੋ ਲੰਗਿਆ